ਲੈਨ ਆਰ ਐਸ ਧਾਮੀ, ਪ੍ਰੈਜ਼ੀਡੈਂਟ ਲਾਇਨਸ ਕਲੱਬ ਖੰਨਾ, ਗ੍ਰੇਟਰ ਖੰਨਾ। ਅੱਜ ਅਸੀਂ ਇੱਥੇ ਲਾਇਨਸ ਕਲੱਬ ਖੰਨਾ ਗ੍ਰੇਟਰ ਵੱਲੋਂ ਇੱਕ ਖੂਨਦਾਨ ਕੈਂਪ ਲਾਇਆ, ਜਿਸ ਦੇ ਵਿੱਚ ਕਿ ਹੁਣ ਤੱਕ 32-33 ਯੂਨਿਟ ਕੁਲੈਕਟ ਹੋ ਚੁੱਕੇ ਨੇ ਬਲੱਡ ਦੇ। ਇਹ ਬਲੱਡ ਡੋਨੇਸ਼ਨ ਕੈਂਪ ਅਸੀਂ ਜਦੋਂ ਕਿਸੇ ਨਾ ਕਿਸੇ ਐਕਸੀਡੈਂਟ ਕੇਸ ਦੇ ਵਿੱਚ ਜਾਂ ਕਿਤੇ ਹੋਰ ਜ਼ਰੂਰਤ ਪੈਂਦੀ ਹੈ ਤਾਂ ਉਦੋਂ ਬਲੱਡ ਬੈਂਕ ਦੇ ਵਿੱਚੋਂ ਬਲੱਡ ਇਸ਼ੂ ਕੀਤਾ ਜਾਵੇ, ਤਾਂ ਉਸ ਨੂੰ ਮੁੱਖ ਰੱਖਦੇ ਹੋਏ ਇਹ ਖੂਨਦਾਨ ਕੈਂਪ ਲਗਾਇਆ ਗਿਆ। ਇਸ ਤੋਂ ਬਿਨਾਂ ਲਾਇਨਸ ਕਲੱਬ ਖੰਨਾ ਹੋਰ ਵੀ ਸਮਾਜ ਸੇਵਾ ਦੇ ਕੰਮ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਪਿਛਲੇ 6 ਸਾਲਾਂ ਤੋਂ ਮਰੀਜ਼ਾਂ ਦੀ ਸੇਵਾ ਵਿੱਚ ਅਸੀਂ ਦੁੱਧ ਪਿਲਾਉਣ ਦਾ ਕੰਮ ਕਰਦੇ ਹਾਂ ਰੋਜ਼ਾਨਾ ਸਵੇਰੇ 7:30 to 8 ਤੱਕ। ਅਤੇ ਇਸ ਤੋਂ ਬਿਨਾਂ ਇੱਕ ਹੋਰ ਪ੍ਰੋਜੈਕਟ ਪਿਆਸਿਆਂ ਨੂੰ ਪਾਣੀ ਪਿਲਾਉਣ ਦਾ ਅਸੀਂ ਮਲੇਰਕੋਟਲਾ ਚੌਂਕ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ, ਠੰਡੇ ਪਾਣੀ ਦੀ ਛਬੀਲ, ਜਿਹੜੀ ਕਿ ਹੁਣ ਤੋਂ ਲਗਾਤਾਰ ਦੀਵਾਲੀ ਤੱਕ ਚੱਲੇਗੀ। ਇਸ ਤੋਂ ਬਿਨਾਂ ਅਸੀਂ ਜਿਹੜੇ ਗਰੀਬ ਬੱਚਿਆਂ ਦੀਆਂ ਫੀਸਾਂ ਜਾਂ ਗਰੀਬ ਬੱਚਿਆਂ ਦੀਆਂ ਕਿਤਾਬਾਂ ਵਗੈਰਾ ਲੈ ਕੇ ਦਿੰਦੇ ਹਾਂ, ਜਾਂ ਹੋਰ ਵੀ ਸਮਾਜ ਸੇਵਾ ਦੇ ਕੰਮ ਜਿੱਦਾਂ ਡੈਂਟਲ ਚੈੱਕਅਪ ਕੈਂਪ, ਜਨਰਲ ਚੈੱਕਅਪ ਕੈਂਪ, ਜਾਂ ਅੱਖਾਂ ਦੇ ਆਪਰੇਸ਼ਨ ਵਗੈਰਾ, ਆਈ ਚੈੱਕਅਪ ਕੈਂਪ, ਅੱਖਾਂ ਦੇ ਆਪਰੇਸ਼ਨ IOL ਪਾ ਕੇ, ਉਹ ਸਮਾਜ ਸੇਵਾ ਨਾਲ ਜੁੜੇ ਹੋਏ ਕੰਮ ਲਾਇਨਸ ਕਲੱਬ ਬੜੀ ਦੇਰ ਤੋਂ ਕਰ ਰਿਹਾ। ਪਹਿਲਾਂ ਤਾਂ ਮੈਂ ਲਾਇਨਸ ਕਲੱਬ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਬਹੁਤ ਹੀ ਅੱਛਾ ਸਮਾਜ ਦਾ, ਸਮਾਜ ਨੂੰ ਅੱਗੇ ਵਧਾਉਣ ਵਾਸਤੇ ਬਹੁਤ ਅੱਛਾ ਉਪਰਾਲਾ, ਅਤੇ ਮੈਨੂੰ ਇਹਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਖੂਨਦਾਨ ਕੈਂਪ ਲਾਇਨਸ ਕਲੱਬ ਵੱਲੋਂ ਲਾਇਆ ਗਿਆ, ਜਿਹਦੇ 'ਚ 35 ਯੂਨਿਟ ਆ ਜਾਏਗਾ। ਹੁਣ ਤੱਕ 30-32 ਯੂਨਿਟ ਆ ਚੁੱਕਿਆ, 35-40 ਦੇ ਕਰੀਬ ਕਰੀਬ ਸਾਡਾ ਟਾਰਗੇਟ ਸੀਗਾ, ਇੰਨਾ ਕੁ ਹੋ ਜਾਏਗਾ। ਖੂਨਦਾਨ ਕਰਨਾ ਬਹੁਤ ਹੀ ਅੱਛਾ ਕੰਮ ਹੈ, ਕਿਉਂਕਿ ਇਹ ਦੇਣ ਵਾਲੇ ਨੂੰ ਵੀ ਇਹਦੇ 'ਚ ਕਾਫੀ ਫਾਇਦਾ, ਉਹਨਾਂ ਦਾ ਖੂਨ ਗਾੜਾ ਹੋ ਜਾਂਦਾ, ਦੇਣ ਨਾਲ ਉਹਨਾਂ ਦਾ ਸਰੀਰ ਠੀਕ ਰਹਿੰਦਾ। ਅਤੇ ਇਹ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ ਕਿ ਖੂਨਦਾਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ, 6 ਮਹੀਨੇ ਬਾਅਦ ਆਪਾਂ ਖੂਨ ਦੇ ਸਕਦੇ ਹਾਂ, ਔਰ ਹਰ ਇਨਸਾਨ ਨੂੰ 6 ਮਹੀਨੇ ਬਾਅਦ ਖੂਨ ਦੇਣਾ ਚਾਹੀਦਾ, ਜਿਹੜਾ ਕਿ ਸਮਾਜ ਦੇ ਵਿੱਚ ਹੋਸਪਿਟਲ 'ਚ ਖੂਨ ਦੀ ਕਮੀ ਰਹਿੰਦੀ ਹੈ, ਇਹ ਦੂਰ ਹੋ ਸਕਦਾ ਅਤੇ ਆਪਣਾ ਸਰੀਰ ਵੀ ਠੀਕ ਰਹਿੰਦਾ। ਹਾਂਜੀ, ਵੈਲਕਮ। ਅੱਜ ਅਸੀਂ ਇੱਥੇ ਬਲੱਡ ਬੈਂਕ ਦਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਸੀ ਲਾਇਨਸ ਕਲੱਬ ਵੱਲੋਂ, ਜਿਸ 'ਚ ਕਰੀਬ ਕਰੀਬ 35 ਯੂਨਿਟ ਕਲੈਕਟ ਹੋ ਗਏ ਹੈ, ਔਰ ਅੱਗੇ ਵੀ ਅਸੀਂ ਕੈਂਪ ਲਗਾਉਂਦੇ ਰਹੇ ਹਾਂ, ਪਰ ਅੱਗੇ ਅਸੀਂ ਦੇਖਿਆ ਮੋਸਟਲੀ ਜੈਂਟਸ ਆਉਂਦੇ ਸੀਗੇ, ਅੱਜ 35 ਦੇ ਵਿੱਚੋਂ ਅਬਾਊਟ 5-6 ਵਰ ਲੇਡੀਜ਼। ਮਤਲਬ ਇਹ ਸਾਡੇ ਲਈ ਇੱਕ ਬਹੁਤ ਹੀ ਅੱਛੀ ਗੱਲ ਹੈ, ਔਰ ਅਸੀਂ ਬਹੁਤ ਹੀ ਦੇਖਿਆ ਵੀ ਇਹ ਇੱਕ ਲੇਡੀਜ਼ ਦੀ ਸੋਚ ਨੂੰ ਅੱਗੇ ਵਧਾ ਰਹੀ ਹੈਗੀ ਹੈ। ਔਰ ਜਿਹੜੇ ਵੀ ਡੋਨਰ ਸੀਗੇ ਉਹਨਾਂ ਵਿੱਚੋਂ ਪ੍ਰੋਫੈਸ਼ਨਲ ਓਲਡ ਡੋਨਰਸ ਨਹੀਂ ਸੀ, ਮਜੋਰਟੀ ਆਫ ਦੈਮ ਵਰ ਨਿਊ ਡੋਨਰਸ। ਇਹ ਵੀ ਇੱਕ ਬਹੁਤ ਅੱਛੀ ਗੱਲ ਹੋਈ ਹੈ ਵੀ ਜਿਹੜੀ ਬਲੱਡ ਡੋਨੇਸ਼ਨ ਦੀ ਹੈਗੀ ਹੈ, ਜਾਗਰੂਕਤਾ ਵੱਧ ਰਹੀ ਹੈ, ਨਾਲੇ ਮੋਰ ਐਂਡ ਮੋਰ ਅੱਗੇ ਨਾਲੋਂ ਜਿਹੜਾ ਸੋਸਾਇਟੀ ਇਹਦੇ ਵਿੱਚ ਕੰਟਰੀਬਿਊਟ ਕਰ ਰਹੀ ਹੈ। ਔਰ ਬਲੱਡ ਜਿਹੜਾ ਹੈਗਾ ਇਹ ਤੁਹਾਨੂੰ ਪਤਾ ਇਹਦੀ ਵੈਲਿਡਿਟੀ ਜਿਹੜੀ ਹੈ ਇਹਦੀ ਸਿਰਫ 28 ਦਿਨ ਬਾਅਦ ਐਕਸਪਾਇਰ ਹੋ ਜਾਂਦਾ, ਸੋ ਇਟ ਇਜ਼ ਵੈਰੀ ਇੰਪੋਰਟੈਂਟ ਐਂਡ ਵੈਰੀ ਅਸੈਂਸ਼ੀਅਲ ਫੋਰ ਆਲ ਆਫ ਅਸ ਟੂ ਕੰਟਰੀਬਿਊਟ ਮੋਰ ਐਂਡ ਮੋਰ ਟੂ ਇਟ, ਬਿਕੋਜ਼ ਆਫਟਰ 28 ਡੇਜ਼ ਇਹਦੀ ਵੈਲਿਊ ਖਤਮ ਹੋ ਜਾਣੀ, ਇਟ ਵਿਲ ਬਿਕਮ ਜਸਟ ਅ ਬੋਟਲ ਆਫ ਵਾਟਰ ਓਨਲੀ। ਸੋ ਇਹ 28 ਦਿਨ ਦੀ ਇਹਦੀ ਲਿਮਿਟ ਹੈਗੀ ਹੈ, ਇਸ ਕਰਕੇ ਔਰ ਚਾਹੀਦਾ ਖੂਨ ਬਹੁਤ, ਐਕਸੀਡੈਂਟ ਕੇਸ ਨੂੰ ਚਾਹੀਦਾ, ਸਾਡੇ ਓਬਸ ਗਾਈਨੀ ਵਿੱਚ ਡਿਲੀਵਰੀ ਵੇਲੇ ਚਾਹੀਦਾ, ਕੋਈ ਓਪਰੇਸ਼ਨ ਕਰ ਰਿਹਾ ਸੀ ਸਿੰਪਲ, ਪਤਾ ਨਹੀਂ ਸਾਨੂੰ ਕਦੋਂ ਬਲੱਡ ਦੀ ਲੋੜ ਪੈ ਜਾਂਦੀ ਹੈ। ਇਟ ਇਜ਼ ਅ ਵੈਰੀ ਵੈਰੀ ਗੁੱਡ ਐਫਰਟ, ਆਈ ਵਿਲ ਕੋਂਗਰੈਚੁਲੇਟ ਆਲ ਦਾ ਪੀਪਲ ਹੂ ਹੈਵ ਕੰਟਰੀਬਿਊਟਿਡ।
ਯੂਥ ਨੂੰ ਬਹੁਤ ਕੰਟਰੀਬਿਊਟ ਕਰਨਾ ਚਾਹੀਦਾ, ਕਿਉਂਕਿ ਯੂਥ ਨੂੰ ਤਾਂ ਉਹਦਾ ਤਾਂ ਬਹੁਤ ਛੇਤੀ ਰਿਕਪਰੇਟ ਕਰ ਜਾਂਦਾ ਹੈਗਾ ਯੂਥ ਦਾ। ਯੂਥ ਨੂੰ ਤਾਂ ਹੋਰ ਫਾਰਵਰਡ ਆਉਣਾ ਚਾਹੀਦਾ। ਯੂਥ ਕੰਪੈਰੇਟਿਵਲੀ ਘੱਟ ਸੀਗਾ ਅੱਜ, ਪਰ ਯੂਥ ਨੂੰ ਅੱਗੇ ਤੋਂ ਅਸੀਂ ਖਿਆਲ ਕਰਾਂਗੇ, ਯੂਥ ਨੂੰ ਹੋਰ ਇਨਵੋਲਵ ਕਰਾਂਗੇ। ਅੱਜ ਲਾਇਨਸ ਕਲੱਬ ਵਾਲਿਆਂ ਨੇ ਇੱਥੇ ਸਿਵਲ ਹਸਪਤਾਲ ਖੰਨਾ ਵਿੱਚ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਉਹਦੇ ਵਿੱਚ ਲਾਇਨਸ ਕਲੱਬ ਦੇ ਖਾਸ ਜਿਹੜੇ ਬੰਦੇ ਆਏ, ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਇਹ ਬਲੱਡ ਕੈਂਪ ਜਿਹੜਾ ਹੈਗਾ ਸਾਡੇ ਸੰਸਥਾ ਵਾਸਤੇ, ਲੋਕਾਂ ਦੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਸਾਨੂੰ ਬਲੱਡ ਦੀ ਲੋੜ ਪੈਂਦੀ ਹੈ ਉਹਨਾਂ ਮਰੀਜ਼ਾਂ ਵਾਸਤੇ ਜਿਨ੍ਹਾਂ ਦੇ ਨਾਲ ਡੋਨਰ ਨਹੀਂ ਹੁੰਦੇ ਜਾਂ ਐਮਰਜੈਂਸੀ ਦੇ ਵਿੱਚ ਗਰੁੱਪ ਨਹੀਂ ਮਿਲਦਾ। ਔਰ ਇਹ ਲੋਕਾਂ ਦੀਆਂ ਜਾਨਾਂ ਬਚਾਉਂਦੇ ਨੇ, ਔਰ ਮੈਂ ਦਿਲੋਂ ਲਾਇਨਸ ਕਲੱਬ ਦਾ ਬਹੁਤ ਧੰਨਵਾਦੀ ਹਾਂ। ਔਰ ਅੱਜ ਖਾਸ ਤੌਰ 'ਤੇ ਡਾਕਟਰਸ ਡੇ ਵਾਲੇ ਦਿਨ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਉਹਨਾਂ ਨੇ ਇੱਥੇ ਆ ਕੇ ਖੂਨਦਾਨ ਕੈਂਪ ਲਗਾਇਆ, ਔਰ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ। ਸਾਰਿਆਂ ਨੂੰ ਮੇਰੀ ਵੱਲੋਂ ਇਹੀ ਰਿਕੁਐਸਟ ਹੈ, ਖਾਸ ਕਰਕੇ ਯੁਵਾ ਪੀੜ੍ਹੀ ਵਾਲੇ, ਕਿ ਥੋੜ੍ਹਾ ਜਿਹਾ ਯੋਗਦਾਨ ਆਪਣਾ ਜਿਹੜਾ ਹੈਗਾ, ਕਿਉਂਕਿ ਇਹਦੇ 'ਚ ਕੋਈ ਪੈਸੇ ਨਹੀਂ ਲੱਗਦੇ, ਕੋਈ ਆਪਾਂ ਨੂੰ ਖਾਸ ਨਹੀਂ ਕਰਨਾ ਪੈਂਦਾ, ਖੂਨਦਾਨ ਕਰਨ, ਆਪਣਾ ਖੂਨ ਜਿਹੜਾ ਹੈਗਾ ਆ ਕੇ ਬਲੱਡ ਬੈਂਕ ਦੇ ਵਿੱਚ ਦੇਣ, ਇਹਦੇ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ, ਔਰ ਉਹਦੇ ਨਾਲ ਕਿੰਨੀਆਂ ਜਾਨਾਂ ਬਚਾਈਆਂ ਜਾ ਸਕਦੀਆਂ। ਅੱਜ ਤਕਰੀਬਨ ਜਿਵੇਂ ਲਾਇਨਸ ਕਲੱਬ ਨੇ ਸਾਡੇ 30-40 ਦੇ ਵਿੱਚ ਉਮੀਦ ਹੈ ਬਲੱਡ ਯੂਨਿਟ ਇਕੱਠੇ ਹੋਣਗੇ, ਅਤੇ ਉੱਦਾਂ ਹੀ ਅਗਰ ਸਾਨੂੰ ਇੱਦਾਂ ਬਲੱਡ ਮਿਲਦੇ ਰਹਿਣ ਅਤੇ ਮੌਕੇ 'ਤੇ ਜਿਨ੍ਹਾਂ ਨੂੰ ਲੋੜ ਪਵੇ ਅਸੀਂ ਉਹਨਾਂ ਦੀ ਜਾਨ ਬਚਾ ਸਕਦੇ।